ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੀਰਿੰਦਰ ਐਜੂਕੇਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਭਾਰਤ ਅਤੇ ਪੰਜਾਬ ਦੇ ਵੱਖ-ਵੱਖ ਨਾਵਾਂ ਨਾਲ ਸੰਬੰਧਿਤ ਵਨ ਲਾਈਨ ਪ੍ਰਸ਼ਨ ਉੱਤਰ ਕਰਾਂਗੇ ਜੋ ਕਿ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਤਾਂ ਸੇ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਇਸ ਦੇ ਵਿੱਚ ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਸੀ ਤਾਂ ਇਸ ਦਾ ਜਿਹੜਾ ਉੱਤਰ ਹੈਗਾ ਉਹ ਹੈ ਆਰੀਆ ਵਰਤੈ ਵਿਦਿਕ ਕਾਲ ਦੇ ਵਿੱਚ ਭਾਰਤ ਨੂੰ ਆਰੀਆ ਵਰਤ ਕਿਹਾ ਜਾਂਦਾ ਸੀ ਆਰੀਆ ਵਰਤ ਤੋਂ ਭਾਵ ਹੈਗਾ ਆਰੀਆ ਦਾ ਦੇਸ਼ ਦੂਸਰਾ ਪ੍ਰਸ਼ਨ ਦੇਖਦੇ ਹਾਂ ਮਹਾ ਭਾਰਤ ਤੇ ਪੁਰਾਣਾ ਦੇ ਸਮੇਂ ਭਾਰਤ ਦਾ ਕੀ ਨਾਂ ਸੀ ਮਹਾ ਭਾਰਤ ਤੇ ਪੁਰਾਣਾ ਦੇ ਸਮੇਂ ਭਾਰਤ ਨੂੰ ਭਾਰਤਵਰਸ਼ ਕਿਹਾ ਜਾਂਦਾ ਸੀ ਉਸ ਸਮੇਂ ਦੇ ਪ੍ਰਸਿੱਧ ਰਾਜੇ ਭਰਤ ਦੇ ਨਾਮ ਤੇ ਇਸ ਦਾ ਨਾਮ ਭਾਰਤਵਰਸ਼ ਰੱਖਿਆ ਗਿਆ ਸੀ ਨੈਕਸਟ ਪ੍ਰਸ਼ਨ ইরਾਨੀਆਂ ਨੇ ਭਾਰਤ ਨੂੰ ਕੀ ਨਾਮ ਦਿੱਤਾ ਸੀ ਤਾਂ ਇਸ ਦਾ ਜਿਹੜਾ ਉੱਤਰ ਹੈ ਉਹ ਹੈ Hindu ইরਾਨੀਆਂ ਨੇ ਭਾਰਤ ਨੂੰ Hindu ਨਾਮ ਦਿੱਤਾ ਸੀ ਨੈਕਸਟ ਪ੍ਰਸ਼ਨ ਦੇਖਦੇ ਹਾਂ ਹੁਣ ਯੂਨਾਨੀਆਂ ਨੇ ਭਾਰਤ ਨੂੰ ਕੀ ਨਾਮ ਦਿੱਤਾ ਸੀ ਯੂਨਾਨੀਆਂ ਨੇ ਭਾਰਤ ਨੂੰ ਇੰਡਸ ਦਾ ਨਾਮ ਦਿੱਤਾ ਸੀ ਨੈਕਸਟ ਕੁਐਸਚਨ ਚੀਨੀਆਂ ਨੇ ਭਾਰਤ ਨੂੰ ਕੀ ਨਾਮ ਦਿੱਤਾ ਸੀ ਤਾਂ ਸਾਡੇ ਕੋਲ ਇਸ ਦਾ ਜਿਹੜਾ ਉੱਤਰ ਹੈ ਉਹ ਹੈ ਤਾਈਨਚੂ ਚੀਨੀਆਂ ਨੇ ਭਾਰਤ ਨੂੰ ਤਾਈਨਚੂ ਦਾ ਨਾਮ ਦਿੱਤਾ ਸੀ ਨੈਕਸਟ ਕੁਐਸਚਨ ਬਾਈਬਲ ਵਿੱਚ ਭਾਰਤ ਲਈ ਕਿਸ ਨਾਮ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਦਾ ਜਿਹੜਾ ਜਵਾਬ ਹੈ ਉਹ ਹੈ ਹੋਡੂ ਬਾਈਬਲ ਵਿੱਚ ਭਾਰਤ ਲਈ ਹੋਡੂ ਨਾਮ ਦੀ ਵਰਤੋਂ ਕੀਤੀ ਗਈ ਹੈ ਸੱਤਵਾਂ ਪ੍ਰਸ਼ਨ ਹੈ ਭਾਰਤ ਵਿੱਚ ਹਿਊਨ ਸੰਗ ਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਕੀ ਕਿਹਾ ਜਾਣ ਲੱਗਾ ਤਾਂ ਇਸ ਦਾ ਜਿਹੜਾ ਉੱਤਰ ਹੈ ਉਹ ਹੈ ਇੰਟੂ ਹਿਊਨ ਸੰਗ ਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ ਹੁਣ ਅੱਗੇ ਆਪਾਂ ਪੰਜਾਬ ਦੇ ਵੱਖ-ਵੱਖ ਨਾਮ ਦੇਖਦੇ ਹਾਂ ਪਹਿਲਾ ਪ੍ਰਸ਼ਨ ਹੈ ਇਸ ਦੇ ਵਿੱਚ ਸਾਡੇ ਕੋਲ ਰਿਗਵੇਦ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਹੈ ਤਾਂ ਇਸ ਦਾ ਜਿਹੜਾ ਉੱਤਰ ਹੈ ਸਾਡੇ ਕੋਲ ਉਹ ਹੈ ਸप्तसिਦੂ ਰਿਗਵੇਦ ਦੇ ਵਿੱਚ ਪੰਜਾਬ ਨੂੰ ਸप्तसिਦੂ ਕਿਹਾ ਗਿਆ ਹੈ ਸप्तसिਦੂ ਤੋਂ ਭਾਵ ਹੈ ਸੱਤ ਦਰਿਆਵਾਂ ਦੀ ਧਰਤੀ ਨੈਕਸਟ ਪ੍ਰਸ਼ਨ ਪ੍ਰਾਚੀਨ ਮਹਾਕਾਵ ਰਮਾਇਣ ਮਹਾਭਾਰਤ ਅਤੇ ਪੁਰਾਣਾ ਵਿੱਚ ਪੰਜਾਬ ਦਾ ਕੀ ਨਾਮ ਸੀ ਤਾਂ ਇਸ ਦਾ ਜਿਹੜਾ ਉੱਤਰ ਹੈ ਉਹ ਹੈ ਪੰਚਨਦ ਮਹਾਕਾਵ ਰਮਾਇਣ ਮਹਾਭਾਰਤ ਤੇ ਪੁਰਾਣਾ ਦੇ ਵਿੱਚ ਪੰਜਾਬ ਦਾ ਨਾਮ ਪੰਚਨਦ ਸੀ ਨੈਕਸਟ ਪ੍ਰਸ਼ਨ ਹੈ ਯੂਨਾਨੀਆ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ ਯੂਨਾਨੀਆਂ ਨੇ ਪੰਜਾਬ ਨੂੰ ਪੈਟੋਪਟਾਮੀਆ ਦਾ ਨਾਮ ਦਿੱਤਾ ਸੀ ਜਿਸ ਵਿੱਚ ਪੈਂਟਾ ਦਾ ਅਰਥ ਹੈ ਪੰਜ ਅਤੇ ਪਟਾਮੀਆ ਦਾ ਅਰਥ ਹੈ ਨਦੀ ਭਾਵ ਕਿ ਪੰਜ ਨਦੀਆਂ ਦੀ ਧਰਤੀ ਅਗਲਾ ਪ੍ਰਸ਼ਨ ਹੈ ਚੀਨੀ ਯਾਤਰੀ ਹਿਊਨ सांग ਨੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ ਤਾਂ ਇਸ ਦਾ ਜਿਹੜਾ ਉੱਤਰ ਹੈ ਉਹ ਹੈ ਸੇਕੀਆ ヒਉਣ सांगने ਪੰਜਾਬ ਨੂੰ ਸੇਕੀਆਂ ਦਾ ਨਾਮ ਦਿੱਤਾ ਸੀ। ਨੈਕਸਟ ਪ੍ਰਸ਼ਨ ਮੱਧਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ? ਤਾਂ ਮੱਧਕਾਲ ਦੇ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ। ਨੈਕਸਟ ਪ੍ਰਸ਼ਨ 1849 ਈਸਵੀ ਵਿੱਚ ਪੰਜਾਬ ਦਾ ਕੀ ਨਾਮ ਸੀ? ਦਾ ਇਸ ਦਾ ਜਿਹੜਾ ਉੱਤਰ ਹੈ ਉਹ ਹੈ ਪੰਜਾਬ ਪ੍ਰਾਂਤ 1849 ਈਸਵੀ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਅਤੇ ਇਸ ਨੂੰ ਪੰਜਾਬ ਪ੍ਰਾਂਤ ਦਾ ਨਾਮ ਦੇ ਦਿੱਤਾ ਸੋ ਏਸੀ ਜੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਸਭ ਦਾ ਬਹੁਤ ਬਹੁਤ ਧੰਨਵਾਦ